ਪਹਿਲਾਂ ਇੱਕ ਨਾਂ ਜਿਸ ਦਾ ਕੋਈ ਅੱਜ ਤੋਂ ਸਾਡੇ ਕੰਨਾਂ ਨਾਲ ਕੋਈ 37 ਵਰ੍ਹਿਆਂ ਦਾ ਸੰਬੰਧ ਹੈ। ਟੂ ਬੀ ਐਗਜੈਕਟ 1943 ਦਸੰਬਰ ਦੀ 30 ਤਰੀਕ ਨੂੰ ਉਹਨਾਂ ਨੇ ਪਹਿਲੀ ਵਾਰ ਆਲ ਇੰਡੀਆ ਰੇਡੀਓ ਲਾਹੌਰ ਤੋਂ ਪਹਿਲਾਂ ਉਹਨਾਂ ਨੇ ਗੀਤ ਗਾਇਆ ਜਦੋਂ ਕਿ ਉਹਨਾਂ ਦੀ ਉਮਰ ਸਿਰਫ 12-13 ਵਰ੍ਹਿਆਂ ਦੀ ਸੀ। ਉਸ ਤੋਂ ਛੇਤੀ ਹੀ ਬਾਅਦ ਉਹਨਾਂ ਨੇ ਫਿਲਮਾਂ 'ਚ ਵੀ ਗਾਇਆ। ਤੁਹਾਨੂੰ ਸ਼ਹੀਦ ਦੇ ਗਾਣੇ ਹਾਲੇ ਤੱਕ ਵੀ ਯਾਦ ਹੋਣਗੇ, ਪਰ ਇਹਨਾਂ ਨਾਂ ਔਰ ਸ਼ੋਹਰਤ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਆਪਣੀ ਪੰਜਾਬੀ ਮਾਂ ਬੋਲੀ ਨੇ ਇੰਨਾ ਲਗਾਓ ਰੱਖਿਆ ਹੈ ਕਿ ਉਹਨਾਂ ਨੇ ਸਭ ਕੁਝ ਛੱਡ ਕੇ ਪੰਜਾਬੀ ਨੂੰ ਸਭ ਤੋਂ ਪਹਿਲੀ ਤਰਜੀਹ ਦਿੱਤੀ ਹੈ। ਤੁਹਾਡੀ ਜਾਣੀ ਪਹਿਚਾਣੀ ਆਵਾਜ਼ ਸੁਰਿੰਦਰ ਕੌਰ। ਮੈਨੂੰ ਬੜੀ ਖੁਸ਼ੀ ਹੈ ਕਿ ਪਿਛਲੇ ਸਾਲ ਵੀ ਆਈ ਸਾਂ, ਐਤਕੀ ਫਿਰ ਮੇਰੇ ਆਰਗੇਨਾਈਜ਼ਰ ਨੇ ਜਿਹੜੇ ਟੋਰਾਂਟੋ ਦੇ ਇਕਬਾਲ ਮਹਲ ਅਸ਼ੋਕ ਪਰਿਹਾਰ, ਉਹਨਾਂ ਨੇ ਫਿਰ ਪ੍ਰੋਗਰਾਮ ਰੱਖਿਆ ਤੇ ਅਸੀਂ ਫਿਰ ਰਿਕਾਰਡਿੰਗ ਕਰ ਰਹੇ ਹਾਂ, ਗੀਤ ਪੇਸ਼ ਕਰ ਰਹੀ ਹਾਂ। ਸਭ ਤੋਂ ਪਹਿਲਾਂ ਇੱਥੇ ਮੈਂ ਇੱਕ ਰਿਕਾਰਡ ਕੀਤਾ ਸੀ, ਉਹਦੇ ਵਿੱਚੋਂ ਇੱਕ ਗਾਣਾ ਪਹਿਲੇ ਪੇਸ਼ ਕਰ ਰਹੀ ਹਾਂ। ਦਿਲ ਸੁਣ ਨਾ ਗੁੱਸੇ ਵਿੱਚ ਬੋਲੀ ਵੇ, ਦਿਲ ਸੋਲਣਾ ਦਿਲ ਸੋਲਣਾ ਗੁੱਸੇ ਵਿੱਚ ਬੋਲੀ ਸੱਜਣਾ ਮੈਂ ਹੱਥ ਜੋੜਦੀ ਵੇ ਸੱਜਣਾ ਵੇ
जोड़ दी।